ਮੇਰੇ ਮੇਰੇ ਗਵਾਂਢ ਚੱਲਦੀ ਪਈ ਹੈ ਜੀ ਆ ਸਿੰਧ ਸਿੰਧ ਵਾਲਾ ਡਿਜ਼ਾਈਨ ਚੱਲਦਾ ਪਿਆ ਡਿਸਕਾਂ ਦਾ ਸਿੰਧ ਵਿੱਚ ਇਹ ਚੱਲਦਾ ਹੈ ਇਹਦੇ ਵੀ ਦੋ ਰੁੱਖ ਆ ਤਸਵੀਰ ਦੇ ਇੱਕ ਰੁੱਖ ਇਹ ਆ ਵੀ ਇਹ ਨਿਰਾ ਅਜ਼ਾਬ ਆ ਟਰੈਕਟਰ ਦੀ ਵਾਸਤੇ ਐਡਾ ਵੱਡਾ ਅਜ਼ਾਬ ਆ ਵੀ ਚਲਾਉਣਾ ਬਹੁਤ ਮੁਸ਼ਕਲ ਕੰਮ ਆ ਇਹਨਾਂ ਨੂੰ ਅਤੇ ਦੂਸਰਾ ਇਹ ਆ ਵੀ ਟਰੈਕਟਰ ਦੇ ਮਗਰ ਤਸਵੀਰ ਦਾ ਦੂਜਾ ਰੁੱਖ ਇਹ ਆ ਵੀ ਟਰੈਕਟਰ ਦੇ ਮਗਰ ਇਹ ਚੱਲਦੀਆਂ ਪੂਰੀਆਂ ਬਰਾਬਰ ਅਤੇ ਕਟਾਈ ਵੀ ਇੱਦਾਂ ਜਿੱਦਾਂ ਪੂਰਾ ਮਗਰ ਜਨਾਬ ਹਲ ਜਾਂ ਰੂਟਾਵੈਟਰ ਚੱਲਦਾ ਪਿਆ ਨਾ ਪੂਰਾ ਬਿਸਤਰਾ ਵਿਛਾਉਂਦੀਆਂ ਹੈ ਸਿਰਫ ਖਿੱਚਣਾ ਥੋੜ੍ਹਾ ਜਿਹਾ ਮੁਸ਼ਕਲ ਹੈ ਇਹਨਾਂ ਨੂੰ ਦਰਮਿਆਨੀਆਂ ਜਿਹੀਆਂ ਵੀ ਖੁੱਲੀਆਂ ਹੋਣ ਲੱਗ ਪੂਰਾ ਹੁੰਦਾ ਅਤੇ ਖਿੱਚ ਬਹੁਤ ਔਖੀਆਂ ਹੁੰਦੀਆਂ ਤਿੰਨ ਪਰਫੋਰਮੈਂਸ ਕੋ ਨਾ 375 ਸਾਹਿਬ ਆ ਉਹਨਾਂ ਦੇ ਲਗਾਤਾਰ ਹੋ ਗਏ ਉਹਨੂੰ ਆ 20-15 ਕਿੱਲੇ ਉਹਨੇ ਮਾਰੇ ਨੇ ਆ ਦੋਵਾਂ ਦਿਨਾਂ 'ਚ ਤਿੰਨਾਂ ਦਿਨਾਂ 'ਚ ਉਹਦੀ ਆਵਾਜ਼ ਹੀ ਬਦਲੀ ਫਿਰਦੀ ਇਹਨਾਂ ਨੂੰ ਖਿੱਚ ਖਿੱਚ ਕੇ ਹਾਂਜੀ ਸਰ ਜੀ ਕੀ ਹਾਲ ਹੈ ਜੀ ਠੀਕ ਹੋ ਇਹ ਤਾਂ ਬਹੁਤ ਭਾਰੀਆਂ ਡਿਸਕਾਂ ਸਰ ਜੀ ਹੈ ਨਾ ਇਹ ਤਾਂ ਅਜ਼ਾਬ ਗੱਲ ਪਾਉਣਾ ਟਰੈਕਟਰ ਤੇ ਬੋਣੀਆਂ ਤਾਂ ਹਾਂ ਉਹ ਦੋਵੇਂ ਇਹਨੂੰ ਖਿੱਚਣਗੇ ਚੰਗਾ ਇਹ ਟੂ ਵੀਲ ਵਿਚਾਰਾ ਤਾਂ ਸਲਿੱਪ ਬਹੁਤ ਕੱਢਦਾ ਹੈ ਇਹ ਸਿੰਧ ਦੀਆਂ ਨਾ ਹੈ ਨਾ ਨਹੀਂ ਉਹ ਕਾਹੜੇ ਦੇ ਨਹੀਂ ਉਸਤਾਦ ਦੇ ਇਹ ਵੇਖੋ ਜੀ ਬਹੁਤ ਹੈਵੀ ਡਿਊਟੀ ਫਰੇਮ ਹੈ ਇਹਦਾ ਇਹਦੀਆਂ ਐਡਜਸਟਾਂ ਵੀ ਆ ਇਹ ਤੁਸੀਂ ਇਹ ਵੇਖੋ ਵੀ ਹਲੇ ਇਹਨਾਂ ਨੇ ਐਡਜਸਟ ਸਭ ਤੋਂ ਥੱਲੇ ਪਾਈ ਆ ਅਤੇ ਜਿੰਨੀ ਇਹ ਥੱਲੇ ਹੋਊਗੀ ਓਨਾ ਹੀ ਇਹ ਸੌਖੀਆਂ ਚੱਲਣਗੀਆਂ ਉਹਦੀ ਵਜ੍ਹਾ ਵੀ ਖਿਚਾਓ ਥੱਲਿਓ ਤਾਂ ਹੁੰਦਾ ਇਸ ਤਰੀਕੇ ਅਤੇ ਜੇਕਰ ਇਹਨੂੰ ਇੱਥੇ ਪਾ ਦੇਣ ਜਾਂ ਇੱਥੇ ਪਾ ਦੇਣ ਤਾਂ ਸਮਝ ਲਓ ਫਿਰ ਇਹ ਮੈਸੀ ਨਹੀਂ ਖਿੱਚ ਸਕਦਾ ਇਹਨਾਂ ਨੂੰ ਰੂਸੀ ਭਾਵੇਂ ਖਿੱਚੇ ਫਿਰ ਹਲੇ ਇੱਕ ਇੱਕ ਸਰਾਕ ਸਿਰਫ ਛੱਡਿਆ ਇਹਨਾਂ ਨੇ ਥੱਲਿਓ ਇਹਨਾਂ ਦੀ ਬਣਤਰ ਕੋਈ ਵੱਖਰੇ ਟਾਈਪ ਦੀ ਆ ਹਾਲਾਂਕਿ ਇੰਡੀਅਨ ਦੇ ਵਿੱਚ ਵੀ ਇਹ ਚੱਲਦੀਆਂ ਮੈਂ ਉਹਨਾਂ ਕੋਲੋਂ ਵਜ਼ਨ ਵੀ ਇੰਡੀਆ ਕੋਲ ਪੁੱਛਿਆ ਇੰਡੀਆ ਵਾਲਿਆਂ ਕੋ ਚੜ੍ਹਦੇ ਪੰਜਾਬ ਤੋਂ ਅਤੇ ਉਹ ਵਜ਼ਨ ਤਾਂ ਤਕਰੀਬਨ ਹੁੰਦਾ ਸੇਮ ਹੀ ਜਿੰਨੇ ਕੁਇੰਟਲ ਉਹ ਦੱਸਦੇ ਹੋ ਉਨੇ ਕੁਇੰਟਲ ਹੀ ਇਹ ਹੁੰਦੀਆਂ ਵੀ 28-30 ਮਣ 30 ਮਣ ਨੂੰ ਟੱਚ ਕਰਦੀਆਂ ਹੈ ਬਹੁਤ ਬਾੜਾ ਫਰੇਮ ਹੈ ਭਾਰਾ ਫਰੇਮ 24 ਇੰਚ ਦਾ ਤਵਾ ਆ ਅਤੇ ਮੈਂ ਨਾ ਵੀ ਪਿੱਛੇ ਜਿਹੇ ਇੱਦਾਂ ਚੱਲਦੀਆਂ ਵੀ ਜਿੰਨਾ ਬਿਸਤਰਾ ਨਹੀਂ ਮੰਜਾ ਨਹੀਂ ਡਾਇਆ ਹੁੰਦਾ ਇੱਦਾਂ ਮਜ਼ਾ ਆ ਲਾ ਇਹਨਾਂ ਨੂੰ ਕੋਈ ਜੰਪ ਲੱਗੇ ਸੱਚ ਬਿਹਤਰੀਨ ਚੱਲਦੀਆਂ ਕਿ ਹਾਂਜੀ ਵੈਰੀ ਗੁੱਡ ਸੱਚ ਕਿੰਨਾ ਕੁ ਤੇਲ ਪੀ ਜਾਂਦਾ ਇਹਦੇ 'ਤੇ ਇਹਨਾਂ ਡਿਸਕਾਂ 'ਤੇ ਤੇਲ ਤਾਂ ਪੀ ਜਾਂਦਾ ਕੋਈ 4 ਲੀਟਰ 4 ਲੀਟਰ ਸਿੰਗਲ 'ਤੇ ਹਾਂਜੀ ਤੇਲ ਤਾਂ ਫਿਰ ਓਨਾ ਕੀ ਪੀਂਦਾ ਜਿੰਨੀਆਂ ਕੁ ਦੂਜਿਆਂ 'ਤੇ ਪੀਂਦਾ ਹੈ ਨਾ ਸਹੀ ਹੈ ਇਹ ਹੁਣ ਤੁਸੀਂ ਥੋੜ੍ਹੀਆਂ ਖੋਲੀਆਂ ਆਪਣੇ ਵੱਲੋਂ ਹਾਂਜੀ ਥੋੜ੍ਹੀਆਂ ਖੋਲੀਆਂ ਚਾਹੀ ਨਹੀਂ ਕਰਦਾ ਅੱਛਾ ਖਿਚਾਈ ਨਹੀਂ ਕਰਦਾ ਸਨ ਉਸਤਾਦ ਸਾਹਿਬ ਇਹਨਾਂ ਨਾਲ ਗੁਫ਼ਤਗੂ ਮੈਂ ਕੀਤੀ ਮਾਜ਼ਰਤ ਨਾਲ ਮੇਰੇ ਕੋਲ ਮਾਈਕ ਹੈ ਨਹੀਂ ਸੀ ਵੇਖੋ ਖਾਂ ਜੇ ਇੱਕ ਇੰਚੀ ਵੀ ਜੰਪ ਲੈਂਦੀਆਂ ਹੋਣ ਤਾਂ ਇਹ ਇੰਜ ਹੀ ਜਾਣਗੀਆਂ ਹਾਲਾਂਕਿ ਦੋਹਰ ਵੱਜਦੀ ਪਈ ਹੈ ਤਾਂ ਸੋਚੋ ਜਦੋਂ ਸਿੰਗਲ ਵੱਜਦੀ ਹੋਊਗੀ ਇਹਨਾਂ ਨੂੰ ਕੋਈ ਫਰਕ ਪੈਂਦਾ ਹੋਊਗਾ ਪਟਾਈ ਕਟਾਈ ਬਿਲਕੁਲ ਬਰਾਬਰ ਪਰ ਇੱਕ ਗੱਲ ਦੀ ਸਮਝ ਨਹੀਂ ਆਈ ਉਸਤਾਦ ਲੀਕਾਂ ਪਤਾ ਨਹੀਂ ਕਿਉਂ ਬਣਾਈ ਆਉਂਦਾ ਟਾਇਰ ਦੇ ਵਿੱਚ ਟਾਇਰ ਕਿਉਂ ਨਹੀਂ ਸਿੱਟਦਾ ਇਹ ਗੱਲ ਦੀ ਸਮਝ ਨਹੀਂ ਆਈ ਦੇਖੋ ਜੀ ਔਜ਼ਾਰ ਜਿੰਨੇ ਵੀ ਹੁੰਦੇ ਦੋਸਤੋ ਆਪਾਂ ਅੱਜ ਕੱਲ੍ਹ ਰਿਵਾਜ਼ ਬਣਾ ਲਿਆ ਜ਼ਿਮੀਂਦਾਰਾਂ ਨੇ ਜਿੱਥੋਂ ਸਸਤਾ ਅਤੇ ਆਧਾਰ ਮਿਲ ਜਾਵੇ ਨਾ ਉੱਥੋਂ ਚੁੱਪ ਕਰਕੇ ਅੱਡੇ ਉੱਡੇ ਤੋਂ ਫੜ ਲੈਣਾ ਹਾਲਾਂਕਿ ਇੱਦਾਂ ਨਹੀਂ ਹੁੰਦਾ ਔਜ਼ਾਰ ਟੈਕਨੀਕਲੀ ਹਰ ਔਜ਼ਾਰ ਜਿਹੜਾ ਦੇਖਿਆ ਜਾਂਦਾ ਆ ਇਹ ਭਾਈ ਬਹੁਤ ਸੀਨੀਅਰ ਨੇ
बट लीकां विच बणदियां पईआं इह नहीं समझ आई गल दी, लीक तां बणदी नहीं हुंदी। मेरे ख्याल टायर थोड़ा जिहा साथ बाहर रखदा, अगले गेड़े आउंदा तां मैं देखदा वी क्यों बणदी आ। वेखो ना तोड़ तां ही बणियां होईआं, हालांकि गेड़ा बाहरों जांदा पिआ, गेड़ा सही जा रहे ने, चलाई सही हो रही है, लेकिन टायर दा कोई वाधा घाटा हो रहा है। दोर की कटाई जी ना अंदरों हार्ड कटाई अंदर बचती पी इन। बहरहाल जी इन्हों का बहुत अच्छा है यार, यदा चलाई बहुत भारी है, इन्हों की अच्छी है, भारी भी है तो अच्छी भी है। भारी इदा है भी लग बहुत ज़्यादा हो जाता, इस को भारियां हो जाए, जबकि पंजाब स्टाइल जोड़ा आंध वाले अक्सर लोग कहते रहे भी वो साढ़े को डिस्कं पंजाब वाली जो कम नहीं दिनिया साढ़े ला के लग दिया नहीं। वो कई लोगों मैंने कहा इदा, पर मैं नहीं समझ आता भी वो क्यों नहीं लगदियाँ, शायद कोई वजन वुजन का कोई फर्क हो। हालांकि पंजाब स्टाइल जो डिस्कां का ना वो मेरी समझ से ज़्यादा बेस्ट आ सिंध डिज़ाइन नालों। इन पंजाब वालों का जो डिज़ाइन आ बालिया वाली उत्ते बालिया दोवे वाली ये बहुत कमाल कटाई है इन्हों की, और लोड भी इतना ज़्यादा नहीं है पाँदियाँ, कटाई भी बहुत अच्छी कर दियाँ ने, बराबर कटाई है। लेकिन अक्सर कई सिंध वाले लोगों गल हुई है तो वह कहें भी सानू नहीं पंजाब स्टाइल पसंद, सानू सिंध वाला जो डिज़ाइन तुम हूँ मैं दिखाया वो कहें सानू ये पसंद आ, साड़ी पटाई जमीन जड़िया हार्ड ने, साड़ी पटाई जमीन की सिर्फ यही डिस्क करती है, पंजाब वाली इतने फेल। वल्ला आलम हूँ तुम अपना कमेंट करके अपनी राय जरूर देनी है, ये गल कि है तो किमें है। एक फिर तैन होर विखा देना ट्रैक्टर आता पाया, हूँ तेन मैं ट्रैक्टर नहीं दिखा, हम मैं तेन डिस्कं दिखाई वेख्यो भला माड़ा जहा भी जंप लेनी है, सौ के चल दी सौ के खेत के बहर खड़ोने इतने मोड़ तो देखते हैं किनिया लग दया। मोड़ते भी लग दया पा, ओहो ये तवा इन्हों का अंदरला पटाई कर दिया बहर न यार, ये गल की समझ नहीं आई, देखियो जरा ऐ गल कुछ हजम नहीं हुई। डिस्कां ट्रैक्टर के मगर खब्बी साइड तो तवा जो मिट्टी पुट के अंदर सिटता पाया ना वो लैन बना तोड़ता जी, आप चेक करते हैं भी ट्रैक्टर की चलाई का बंदे की तो फर्क आ या डिस्कों की तवे का फर्क आ। ये पॉइंट माई लॉर्ड ये प्लम पॉइंट हूँ नोट किया गया है डिस्कों के पिछे खड़े हो के देख के, तो मैं वीडियो मसरूफ से हूँ वीडियो की मसरूफियत मैं छड़ी आ, तो ये पॉइंट त समझ आया मैनू भी ये बंदा कितों मोड़ता कितने टायर रख के चला, वो बंदे का कसूर नहीं आ, बंदा टायर जिथे भी रखेगा इन्हों का अंदरला तवा भी बहरले तवा तरह कटाई कर दे, गल कुछ हजम नहीं हुई। ये हूँ मैं मगर हाँ इस काम के, ये मैं कार्ड कट के रहनी हाँ भी डिस्कां का फाल्ट आ या इस डिज़ाइन का फाल्ट आ या इस चलाई का फाल्ट आ। टैक्निकली हूँ जो बंद नहीं समझ वो समझ लो भी बाहरला तवा वट वढ़ता हों कटाई करके उन्हें मिट्टी अंदर सिट दी, अंदरला तवा पंजाब वाली डिस्क का जोड़ा तुम अक्सर इस हथ से खड़ो के डिस्क देखोगे तो लगेगा भी डिस्क लगन ही नहीं दई, लग घट महसूस हों, हालांकि मिट्टी पट हो रही होंगी है लेकिन महसूस घट हों जो, क्योंकि पिछों बिल्कुल ही बराबर इस तरीके चल दया पी, जिड़ी मर्जी कारनर से खड़े हो जाओ इन्होंने डिस्कों के सज्जे खब्बे पिछे अगे डिस्क से खड़ो जाओ तैनू डिस्क चौं पास्यों इदा बराबर महसूस होगी, इदा जिदा मंजा डिठा हों पूरा बराबर। यही वजह भी जो डिस्कों के पिछे मैं खड़ोता इन्हों का अंदरला तवा मिट्टी जी वढ़ के वो इधर सिट दिता, ये करके लीक पना। मैं इस बार ट्रैक्टर उस्ताद रोक के गल पुछनी है ये लीक क्यों बनती पई है बिच, तो मैं ये भी देखदा फिर तुम भी कमेंट करके जो दोस्त इस गल समझते दस्यो भी कोई किलिया कुलियां का हिसाब का फर्क आ या कोई होर चक्कर आ कि हर खेल दे तो खेलियाँ बनाई जाता, क्योंकि अगे सिंगल जी बजी है ना वो भरिया हुई खेल की मिट्टी खिलर के डिगदी होंगी वो वाजा पूरी वाजिया नहीं होंगी होंगी परफॉर्मेंस डिस्क की, हमेशा दौर से पता लगता हों डिस्क की सफाई कि है। उस्ताद जी ये लैन क्यों बना रही हैं सारिया थोड़ी लगी हुई है नहीं है वेखो ना
ਇਹ ਤਾਂ ਹਰ ਇੱਕ ਚੀ ਲੈ ਆਣਾ ਤੋੜ ਤਾਂ ਹੀ ਇਹ ਕਿਉਂ ਮੈਂ ਲੈ ਲੈਣ ਤਾਂ ਬਣਦੀ ਨਹੀਂ ਹੁੰਦੀ ਇਹ ਸਰ ਥੋੜੀ ਲੱਗੀ ਹੋਈ ਤਾਂ ਵਾਸਤੇ ਯਾਰ ਜੀ ਲੱਗੀ ਹੋਈ ਤਾਂ ਫਿਰ ਜ਼ਿਆਦਾ ਤੇ ਖਰਾਬ ਕਰਦੀ ਨਹੀਂ ਸਾਜ ਤੁਸੀਂ ਟਾਇਰ ਇੱਥੇ ਨਹੀਂ ਰੱਖਦੇ ਇਹਦਾ ਇਹਦੇ ਵਿੱਚ ਰੱਖਦੇ ਹੋ ਨਾ ਤੇ ਭੈਣ ਜਾ ਅੰਦਰਲਾ ਤਵਾ ਵੀ ਪਟ ਪਟ ਇੱਧਰ ਸਿੱਟੀ ਆਉਂਦਾ ਹੈ ਹੈ ਰੱਖਿਓ ਇੱਥੇ ਰੱਖੀ ਤੇ ਫਿਰ ਖਾਨ ਛੱਡ ਦਿੰਦਾ ਅੱਛਾ ਅੱਛਾ ਇੱਥੇ ਰੱਖੀ ਤਾਂ ਹੀ ਉਹ ਕਿਵੇਂ ਕਰਨਾ ਇੱਥੇ ਵੀ ਰੱਖੋ ਤਾਂ ਵੀ ਮਿੱਟੀ ਖੇਲ ਇੱਦਾਂ ਬਣਾਉਂਦਾ ਹਾਂਜੀ ਉਹ ਤਵਾ ਬਾਹਰ ਲੱਗੋ ਹੈ ਨਾ ਬਾਹਰ ਵਾਲਾ ਤਵਾ ਦੇ ਜਿਹੜੀਆਂ ਤੁਹਾਡੀਆਂ ਦੂਈਆਂ ਪੰਜਾਬ ਵਾਲਾ ਡਿਜ਼ਾਈਨ ਆ ਦੂਆ ਉੱਤੇ ਬਾਲੇ ਵਾਲੀਆਂ ਉਹ ਲੈਣ ਲੈਣ ਬਣਾਉਂਦਾ ਇਦਾਂ ਉਹ ਨਹੀਂ ਨਾ ਬਣਾਉਂਦਾ ਹਾਂ ਉਧਰਲਾ ਤਵਾ ਤਾਂ ਚਲੋ ਵੱਟ ਵੱਢਣ ਲਈ ਬਾਹਰ ਲੱਗ ਗਿਆ ਇਹ ਇਧਰੋਂ ਇਧਰੋਂ ਵੀ ਵੱਟ ਵੱਢਦਾ ਹੈ ਇਹ ਜੀ ਵੱਟ ਵੱਢਣ ਵਾਸਤੇ ਕਹਿੰਦੇ ਇਧਰੋਂ ਲਾਇਆ ਹੋਇਆ ਤੇ ਇਹੀ ਤਵਾ ਜਿਹੜਾ ਆ ਮਿੱਟੀ ਅੰਦਰਲੀ ਸਾਈਡ ਤੋਂ ਕਟਾਈ ਕਰਕੇ ਤੇ ਅੰਦਰ ਮਾਰਦਾ ਜਿਹੜੀ ਕੋਲੋਂ ਦੋਰ ਦੇ ਉੱਤੇ ਇਹਦੀ ਲਾਈਨ ਪਈ ਬਣਦੀ ਠੀਕ ਹੈ ਬਸ ਇਹ ਉਸਤਾਦ ਪੁੱਛਣਾ ਸੀ ਮੈਨੂੰ ਸਮਝ ਨਹੀਂ ਆਈ ਵੀ ਮੈਂ ਕਿਹਾ ਵੀ ਇਹ ਇਧਰੋਂ ਲਾਈਨਾਂ ਤਾਂ ਬਣਾਈ ਜਾਂਦਾ ਜੇ ਇਹਦੇ ਉੱਤੇ ਦੋਰ ਮਾਰਨੀ ਪੈ ਜਾਏ ਤਾਂ ਤੁਸੀਂ ਤਾਂ ਅਜ਼ਾਬ ਨੂੰ ਆ ਜਾਓਗੇ ਹਾਲ ਮਾਰਨੇ ਪੈਂਦੇ ਨੇ ਹਾਂ ਸਹੀ ਹੈ ਠੀਕ ਹੋ ਗਿਆ ਬਸ ਇਹੀ ਪੁੱਛਣਾ ਸੀ ਜੀ ਬੜੀ ਮਿਹਰਬਾਨੀ ਹਾਂ ਸਾਹ ਜੀ ਇੱਕ ਤੁਹਾਨੂੰ ਹੋਰ ਦੱਸਾਂ ਟੈਕਨੀਕਲੀ ਇਹ ਬੰਨੇ ਵੱਢਣ ਲਈ ਲਾਇਆ ਤਾਂ ਬਾਹਰ ਟੈਕਨੀਕਲੀ ਇਹ ਸਹੀ ਨੀਗਾ ਫਿਰ ਇੱਦਾਂ ਇਹਦਾ ਤਰੀਕਾ ਕਿਉਂ ਵਾਟੇ ਵੱਡੇ ਤੇ ਵੱਡੇ ਪਿਆ ਲੇਕਿਨ ਆਹ ਕੰਮ ਨਹੀਂ ਨਾ ਕਰਨਾ ਚਾਹੀਦਾ ਹਨਾ ਮੈਂ ਦੇਖਿਆ ਤੁਸੀਂ ਟਰੈਕਟਰ ਖੇਲ ਦੇ ਵਿੱਚ ਹੀ ਰੱਖਿਆ ਲੇਕਿਨ ਇਹ ਕਟਾਈ ਇੱਧਰੋਂ ਵੀ ਇੱਧਰ ਸਿੱਟਦਾ ਅੱਛਾ ਲਓ ਜੀ ਹੁਣ ਉਹ ਕਹਿੰਦੇ ਵੀ ਟਾਇਰ ਮੈਂ ਤੈਨੂੰ ਅੰਦਰ ਰੱਖ ਕੇ ਥੋੜ੍ਹਾ ਜਿਹਾ ਵਿਖਾਉਣਾ ਇਹ ਕਟਾਈ ਫਿਰ ਇੱਦਾਂ ਹੀ ਕਰੇਗਾ ਇਹ ਸਿੰਧ ਵਾਲੇ ਵੀਰ ਦੱਸਿਓ ਵੀ ਇਹ ਡਿਜ਼ਾਈਨ ਦਾ ਫਰਕ ਆ ਜਾਂ ਇਹ ਬਣਤਰ ਦਾ ਫਰਕ ਆ ਜਾਂ ਕੀ ਚੱਕਰ ਆ ਆ ਲਓ ਜੀ ਓਏ ਹੋਏ 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 ਇਹ ਬੰਦੇ ਨੇ ਹੁਣ ਵੱਖੀ ਹੋਈ ਥਾਂ ਤੇ ਟਰੈਕਟਰ ਨੂੰ ਰੱਖਿਆ ਕਰੋ ਚੈੱਕ ਨਹੀਂ ਵੀ ਨਹੀਂ ਡਰਾਈਵਰ ਦੀ ਉਸਤਾਦ ਦੀ ਮੈਂ ਅੱਗੇ ਕਿਹਾ ਵੀ ਬੰਦਾ ਸਹੀ ਚਲਾ ਰਿਹਾ ਆ ਫਾਲਟ ਡਿਸਕ ਦਾ ਆ ਵੇਖੋ ਜੀ ਦੁਬਾਰਾ ਫਿਰ ਉਧਰੋਂ ਕਟਾਈ ਕਰਕੇ ਅੰਦਰ ਸਿੱਟ ਗਿਆ ਉਧਰੋਂ ਕਟਾਈ ਕਰਕੇ ਇੱਧਰ ਸਿੱਟ ਗਿਆ ਮਿੱਟੀ ਸੈਂਟਰ 'ਚ ਬੰਦ ਕਰ ਗਿਆ ਉੱਚੀ ਨੀਵੀਂ ਨਹੀਂ ਕੀਤੀ ਉਹਨੇ ਸੈਂਟਰ 'ਚੋਂ ਬਟ ਦੋਨਾਂ ਸਾਈਡਾਂ ਦੀ ਕਟਾਈ ਇੱਧਰੋਂ ਇੱਧਰ ਅਤੇ ਇੱਧਰੋਂ ਇੱਧਰ ਹਾਂ ਇਸ ਹਿਸਾਬ ਨਾਲ ਇਹ ਡਿਸਕ ਮੇਰੀ ਸਮਝ 'ਚ ਤਾਂ ਬਿਲਕੁਲ ਨਹੀਂ ਆਈ ਇਸ ਕੰਮ ਦੀ ਵਜ੍ਹਾ ਤੋਂ ਬਾਕੀ ਉਹਦੀ ਪਟਾਈ ਠੀਕ ਆ ਲੇਕਿਨ ਆਹ ਗੱਲ ਸਮਝ ਨਹੀਂ ਆਈ ਵੀ ਇਹ ਕੀ ਹਿਸਾਬ ਆ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੋਸਤੋ ਦਿਓ ਵੀ ਇਹ ਕੀ ਮਸਲਾ ਆ ਕੀ ਫਾਲਟ ਆ ਮਜ਼ੀਦ ਇਹਦੇ 'ਤੇ ਤਫਸੀਲੀ ਵੀਡੀਓ ਇਨਸ਼ਾਅੱਲਾ ਮੈਂ ਮੈਕ ਲਗਾ ਕੇ ਉਸਤਾਦ ਦੇ ਨਾਲ ਅਤੇ ਇਨਸ਼ਾਅੱਲਾ ਫਿਰ ਤੁਹਾਨੂੰ ਸ਼ੇਅਰ ਕਰਾਂਗਾ ਅੱਜ ਮਾਈਕ ਮੇਰੇ ਕੋਲ ਨਹੀਂ ਸਨ ਇਸ ਕੋਲੋਂ ਉਸਤਾਦ ਦਾ ਰਿਵਿਊ ਮੈਂ ਵਿੱਚ ਬਹੁਤਾ ਰਿਕਾਰਡ ਨਹੀਂ ਕੀਤਾ ਗੱਲਬਾਤ ਉਹਨਾਂ ਨੇ ਕੀਤੀ ਹੈ ਮੈਨੂੰ ਦੱਸੀ ਵੀ ਆਫ ਕੈਮਰਾ ਵੀ ਦੱਸੀ ਆ ਔਨ ਕੈਮਰਾ ਵੀ ਦੱਸੀ ਹੈ